जिस तरह काम चल रहा है उधर अपना, सब ठीक है? हाँ जी, कितने काम कर रहे हो अमन आजकल? मैं होटल दे विच कर दिया थे एक पार्ट टाइम जॉब, मतलब सेफ वे थे। अच्छा, होटल में पिच किया। आई थिंक यू वर वर्किंग एज अ रिसेप्शनिस्ट देयर और समथिंग, व्हाट वी वर्किंग? हाँ जी हाँ जी, ओह अच्छा, आई रिमेम्बर आई टोल्ड यू कि मैं द डॉसन क्रीक आऊंगा तो तुम्हारे होटल में मिल के जाऊंगा तुम्हें। ओके, नहीं तो सीधा से नहीं। Oh, was that okay? Okay, I was. I think there was somebody else also, maybe in that area, maybe in Kamloops, shayad, maybe in Kelowna, shayad, maybe in then Kelowna. She was working also in the hotel receptions there. Okay. But anyway, can you refuse ho gaya pehla? Do baar refuse ho gaya. And last बार उन्होंने तुहानू की किया सी, this is a secret marriage, love marriage, जे किसी नू parents नू पता नहीं है या लोगों नू पता नहीं है, is that right? That's what they said? हाँ जी, fairness letters, मतलब उन्होंने explanation मांगी सी कि ceremony होगी। आज के ceremony का तो नहीं हुई है ना जी? हाँ जी, भी ceremony नहीं हैगी, भी इन्होंने बाद चो visit भी नहीं करया, छोटिया airport दिया फोटो भी नहीं है जी, पहला साड़ी airport दिया फोटो भी नहीं सी, वो बाद चो करवाई है नहीं जी। अच्छा, तो एक एक करके देखते हैं कि है कि है। पहली गलत है कि भी कोई सेरेमनी नहीं हुई गुरुद्वारे वाला दी, कोई सेरेमनी नहीं हुई। हाँ जी, मतलब कि ऐसी नहीं कि ऐसी नहीं कि साड़ी फैमिली, मतलब मनप्रीत की फैमिली बाद मान की तो उन्होंने उस चीज दी कि आफ्टर मनन तो बाद कोई सेरेमनी क्यों नहीं है, जबकि ऐसे ने एक कैसे कि मेरे मेरे घर दे नहीं मन्ने था, मतलब उन्होंने मतलब उस से बोथ फैमिलीज लाइक जो उन्होंने लेटर भेजे से कि बोथ फैमिलीज, बट एक्चुअल विच ऐसे ने यही कैसे मतलब साडे जेड़े मतलब ग्लोबल सारे से उन्होंने भी एक कैसे भी एरे मान गए पर मेरे नहीं मानते। हाँ, लेकिन फिर मेरे ख्याल है कि शायद एट द एंड उन्होंने घर जे घर दें जे थे जे सहरे हैं जे ਉਹ ਤੁਹਾਨੂੰ ਸ਼ਾਇਦ ਡ੍ਰੌਪ ਆਫ ਕਰਨ ਵੀ ਆਏ ਏਅਰਪੋਰਟ ਤੇ ਡ੍ਰੌਪ ਆਫ ਪਿਕਅਪ ਕਰਨ ਵੀ ਆਏ। ਹਾਂਜੀ ਹਾਂਜੀ, ਉਹ ਵੀ ਮੈਂ ਲਿਖਿਆ ਸੀ ਉਹਨਾਂ ਨੂੰ, ਉਹਨਾਂ ਨੂੰ ਦੱਸਿਆ ਸੀ ਕਿ ਵੀ ਠੀਕ ਹੈ ਅੱਜ ਇਸ ਵਕਤ ਇੱਕ ਪਾਰਟੀ ਤੇ ਮੰਨ ਰਹੀ ਹੈ ਕੁਛ, ਐਟਲੀਸਟ ਉਹਨਾਂ ਦੇ ਕੋਆਪਰੇਸ਼ਨ ਹੋ ਰਿਹਾ ਕੁਛ ਨਾ ਕੁਛ। ਠੀਕ ਹੈ ਤੇ ਆਪਣਾ ਸੀਕ੍ਰੇਸੀ ਦੇ ਬਾਰੇ ਕੀ ਸੀ ਕਿ ਵੀ ਸੀਕ੍ਰੇਟ ਕਿਉਂ ਰੱਖਣਾ ਹੈ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਏ ਮੈਰਿਜ ਦਾ ਜਾਂ ਕਿਸੇ ਫੈਮਿਲੀ ਤੋਂ ਇਲਾਵਾ ਵੀ? ਨਹੀਂ ਮਤਲਬ ਫੈਮਿਲੀ ਸਾਡੀ ਮਤਲਬ ਐਕਸੈਪਟ ਨਹੀਂ ਕਰਦੀ ਤਾਂ ਕਰਕੇ। ਅੱਛਾ ਅੱਛਾ, ਹਾਂਜੀ ਸਾਡਾ ਇਹ ਵੀ ਕੁਛ ਹੈ ਸ਼ਾਇਦ ਕਿ ਜੇਕਰ ਇੱਥੇ ਨਹੀਂ ਹੁੰਦਾ ਤੇ ਤੁਹਾਡਾ ਰਿਸ਼ਤਾ ਕਿਤੇ ਹੋਰ ਹੋ ਸਕਦਾ ਸੀ, ਉਹ ਕਰਾ ਰਹੇ ਸੀ ਪ੍ਰੈਸ਼ਰ ਕਿ ਵੀ ਹੋਰ ਕਿਤੇ ਕਰ ਲਓ। ਨਹੀਂ ਮਤਲਬ ਅੱਛਾ ਜਾਂ ਸਟੂਡੈਂਟ ਵੀਜ਼ਾ ਜਦ ਲੱਗ ਗਿਆ, ਮੇਰੇ ਖਿਆਲ ਕਿ ਕੈਨੇਡਾ ਜਾਣ ਤੋਂ ਪਹਿਲਾਂ ਹੀ ਵਿਆਹ ਕਰ ਲਓ ਕਿ ਬਾਅਦ 'ਚ ਕਿਤੇ ਪ੍ਰੋਬਲਮ ਨਾ ਹੋ ਜਾਏ। ਨਹੀਂ ਸਾਨੂੰ ਪਹਿਲਾਂ ਪਤਾ ਨਹੀਂ ਸੀ, ਸਾਨੂੰ ਇਹ ਸੀ ਕਿ ਅਗਰ ਪਹਿਲਾਂ ਕਰਦੇ ਹਾਂ ਤਾਂ ਬਾਅਦ ਦੇ ਵਿੱਚ ਮਤਲਬ ਉਹ ਫਾਈਲ 'ਚ ਦਿਖ ਜਾਂਦਾ ਅਤੇ ਸਾਨੂੰ ਇਹ ਸੀ ਕਿ ਮਤਲਬ ਸਟੱਡੀ ਵੀ ਨਾ ਰਿਫਿਊਜ਼ ਹੋ ਜਾਵੇ, ਇਸ ਕਰਕੇ ਅਸੀਂ ਨੇ ਪਹਿਲਾਂ ਨਹੀਂ ਕਰਵਾਇਆ। ਅਤੇ ਉਸ ਤੋਂ ਪਹਿਲਾਂ ਮੇਰੀ ਏਜ ਵੀ ਨਹੀਂ ਸੀ ਕਿਉਂਕਿ ਆਪਣੀ ਪਹਿਲਾਂ ਹੁਣ ਤਾਂ 21 ਹੋ ਗਈ ਲੀਗਲ ਏਜ, ਪਹਿਲਾਂ ਮੇਰੀ 18, ਉਸ ਤੋਂ ਬਾਅਦ ਕੋਵਿਡ ਸੀ ਉਸ ਟਾਈਮ ਤਾਂ ਅਸੀਂ ਮਿਲੇ ਹੀ ਨਹੀਂ, ਜਦੋਂ ਕੋਵਿਡ ਖਤਮ ਹੋਇਆ ਮਤਲਬ ਥੋੜ੍ਹਾ ਉਹ ਹੋਇਆ ਫਿਰ ਅਸੀਂ ਨਹੀਂ ਕਰਵਾਇਆ ਸੀ, ਅਤੇ ਉਦੋਂ ਮਤਲਬ ਮੇਰਾ ਵੀਜ਼ਾ ਆ ਚੁੱਕਿਆ ਸੀ। ਮੈਰਿਜ ਦੇ ਬਾਅਦ ਫਿਰ ਹਸਬੈਂਡ ਵਾਈਫ ਇਕੱਠੇ ਰਹੇ ਜਾਂ ਮਤਲਬ ਕਿ ਕਿੰਨਾ ਟਾਈਮ ਇਕੱਠੇ ਰਹੇ ਜਾਂ ਕੁਝ ਹੈ ਸਬੂਤ ਭੇਜ ਦਿੱਤਾ ਨਹੀਂ ਸ਼ਾਇਦ ਪਹਿਲੀ ਐਪਲੀਕੇਸ਼ਨ? ਨਹੀਂ ਅਸੀਂ ਐਗਰੀਮੈਂਟ ਸੈਂਡ ਕੀਤਾ ਸੀ, ਅਸੀਂ ਟੁਆਣੇ ਰਹੇ ਹਾਂ ਮਤਲਬ ਇਕੱਠੇ ਦੋਏ, ਦੋ ਮਹੀਨੇ ਕੁਛ ਦਿਨ ਰਹੇ ਹਾਂ ਜੀ, ਤੇ ਉਹ ਐਗਰੀਮੈਂਟ ਮੈਂ ਸੁਖਮਨ ਸਰ ਨੂੰ ਸੈਂਡ ਕਰਤਾ ਸੀਗਾ, ਮਤਲਬ ਐਫੀਡੇਵਿਟ ਮੈਂ ਤੁਹਾਨੂੰ ਆ ਦਿੱਤਾ ਸੀ, ਸਾਨੂੰ ਪ੍ਰੂਫ ਨਹੀਂ ਸੀਗਾ, ਮਤਲਬ ਅਸੀਂ ਨੇ ਅਗਰ ਮਤਲਬ ਐਮਬੈਸੀ ਉਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ, ਬਟ ਸਾਡੇ ਕੋਲ ਐਜ਼ ਲਾਈਕ ਵੀ ਉੱਥੇ ਘਰ ਦੀਆਂ ਫੋਟੋਜ਼ ਐਵੇਂ ਦਾ ਕੁਝ ਨਹੀਂ, ਸਾਨੂੰ ਉਦੋਂ ਇੰਨੀ ਨੌਲੇਜ ਨਹੀਂ ਸੀ। ਯਾ ਤੁਸੀਂ ਮੇਰੇ ਖਿਆਲ ਉਹਨਾਂ ਦੇ ਲੈਂਡਲੋਰਡ ਤੋਂ ਕਰਾਇਆ ਸੀ ਸ਼ਾਇਦ, ਮੇਰੇ ਖਿਆਲ ਹੈ ਲੈਂਡਲੋਰਡ ਤੋਂ। ਹਾਂਜੀ, ਤੇ ਫਿਰ ਮੁੜ ਕੇ ਫਿਰ ਇੱਕ ਵਾਰ ਅਮਨ ਤੁਸੀਂ ਆ ਗਏ ਇੱਥੇ ਕੈਨੇਡਾ, ਤੇ ਫਿਰ ਆਪਣੇ ਹਸਬੈਂਡ ਨੂੰ ਕਿੰਨੀ ਵਾਰ ਮਿਲਣ ਗਏ? ਗਏ ਨਹੀਂ ਗਏ, ਇੱਕ ਵਾਰ ਗਏ ਸੀ, ਹਫਤਾ ਫੋਰ ਹਾਊ ਮਨੀ ਡੇਸ? ਵੀਕ ਇੱਕ ਹਫਤੇ। ਅੱਛਾ ਅੱਛਾ, ਪਿਛਲੀ ਵਾਰ ਇਹ ਵੀ ਸੀ ਮਨਪ੍ਰੀਤ ਕਿ ਮੇਰੇ ਖਿਆਲ ਕਿ ਤੁਹਾਡੀ ਇਨਕਮ ਤੇ ਵੀ ਉਹਨਾਂ ਨੇ ਕੋਈ ਸਵਾਲ ਲਗਾਇਆ ਕਿ ਤੁਹਾਡੇ ਕੋਲ ਇਨਕਮ ਨਹੀਂ ਹੈ, ਫੰਡਸ ਨਹੀਂ ਹੈ ਪ੍ਰੋਪਰ, ਉਹ ਸ਼ੋਅ ਨਹੀਂ? ਫਸਟ ਟਾਈਮ ਸੀ ਉਹ, ਫਸਟ ਟਾਈਮ ਸੀ ਜੀ, ਉਦੋਂ ਮਤਲਬ ਨੌਲੇਜ ਨਹੀਂ ਸੀ, ਮਤਲਬ ਜਿਹੜੇ ਪਹਿਲਾਂ ਵਾਲੇ ਏਜੰਟ ਸੀ ਉਹਨਾਂ ਨੇ ਕਿਹਾ FD ਚੱਲ ਜੂਗੀ, ਉਹ ਫਿਰ FD ਚੱਲੀ ਨਹੀਂ, ਫਿਰ ਉਹ ਤੋਂ ਬਾਅਦ ਮੈਂ ਲਿਕੁਇਡ ਫੰਡ ਚਲਾਏ ਜੀ, ਤੇ ITR ਵਗੈਰਾ ਭਰੀਆਂ, ਫਿਰ ਮੈਂ ਰਜਿਸਟ੍ਰੇਸ਼ਨ ਵੀ ਕਰਵਾਈ ਤੇ ਕਿਉਂਕਿ ਉਹਨਾਂ ਨੇ ਰਜਿਸਟ੍ਰੇਸ਼ਨ ਵੀ ਲਾਈ ਸੀ ਮੇਰੀ, ਮੈਂ ਕਰਵਾ ਤਾਂ ਰੱਖੀ ਸੀ, ਉਹਨਾਂ ਨੇ ਲਾਈ ਨਹੀਂ ਸੀ ਰਜਿਸਟ੍ਰੇਸ਼ਨ। ਅੱਛਾ ਹਾਂ, ਫਿਰ ਟ੍ਰਾਂਜੈਕਸ਼ਨ ਵਗੈਰਾ ਕਰਾਈਆਂ ਜੀ,
ਮਤਲਬ ਸਾਰੀ ਆਨਲਾਈਨ ਪੇਮੈਂਟ ਕਰਾਉਣ ਲੱਗ ਗਿਆ ਫਿਰ ਮੈਂ ਅਕਾਊਂਟ 'ਚ ਕੈਸ਼ ਬੰਦ ਕਰਤਾ ਜੀ। ਅੱਛਾ 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 ਹਾਂਜੀ ਚੱਕਰ ਹੀ ਚੱਕਰ ਹੈ, ਚੱਕਰ ਹੀ ਚੱਕਰ ਹੈ ਸਪਾਊਸ ਵੀਜ਼ਾ ਦਾ। ਕਿੰਨੀ ਕਿੰਨੀ ਪ੍ਰੋਬਲਮ ਹੈ ਦੇਖੋ, ਫੋਟੋਆਂ ਦੀ ਪ੍ਰੋਬਲਮ ਹੈ, ਘਰਦਿਆਂ ਨੂੰ ਨਾ ਪਤਾ ਲੱਗ ਜਾਏ, ਸੀਕ੍ਰੇਸੀ ਦੀ ਪ੍ਰੋਬਲਮ ਹੈ, ਫਿਰ ਸਟੱਡੀ ਵੀਜ਼ਾ ਦੇ ਬਾਅਦ ਇੱਥੋਂ ਜਾਣਾ ਬਹੁਤ। ਹੁਣ ਦੇਖੋ ਇਹ ਕੰਮ ਕਰ ਰਹੀ ਹੈ, ਹੁਣ ਕੰਮ ਕਰਦੇ ਕਰਦੇ ਅੱਗਾਂ ਨੂੰ ਇਹਨਾਂ ਨੇ ਪੀਆਰ ਕਰਨੀ ਹੈ, ਤੇ ਹੁਣ ਆਉਣਾ ਜਾਣਾ ਮੁਸ਼ਕਿਲ ਹੈ, ਮਹਿੰਗਾ ਵੀ ਹੈ ਆਫ ਕੋਰਸ, ਮਹਿੰਗਾ ਵੀ ਹੈ। ਤੇ ਬਾਕੀ ਆਪਾਂ ਚੱਲ ਵੀ ਜਾਈਏ, ਚਲੋ ਕੋਈ ਗੱਲ ਨਹੀਂ ਵੀ ਚੱਲ ਜਾਈਏ, ਫਿਰ ਅੱਗੋਂ ਇੰਪਲਾਈ ਕੋਈ ਤੁਹਾਡੇ 2-3 ਮਹੀਨੇ ਵੇਟ ਕਿਉਂ ਕਰੇ, ਅਗਲਾ ਕਿਸੇ ਹੋਰ ਨੂੰ ਹਾਇਰ ਕਰਕੇ ਜੋਬ ਦੇ ਦੇਗਾ। ਜੀ, ਤੁਹਾਨੂੰ ਵੀ ਕੈਨੇਡਾ ਦੀ ਰਿਐਲਿਟੀ ਪਤਾ ਲੱਗ ਗਈ, ਇੱਥੇ ਜੋਬ ਕੋਈ ਸਿਕਿਓਰ ਨਹੀਂ ਹੈ। ਹਾਂਜੀ ਇਹੀ ਹੈ, ਮਤਲਬ ਤਾਂ ਹੀ ਫਿਰ ਹੁਣ ਮਤਲਬ ਅਸੀਂ ਸੋਚੇ ਵੀ ਅਗਰ ਨਹੀਂ ਬਣਦਾ ਤਾਂ ਫਿਰ PNP ਲਗਾ ਕੇ ਫਿਰ ਕਰ ਲਾਂਗੇ, ਕਿਉਂਕਿ ਫਿਰ ਇਹਨੇ PNP ਆਈ, ਚਲੋ ਇਹਨੇ ਅਸੀਂ ਵਿਜ਼ਿਟ ਕਰਾਂਗੇ, ਫਿਰ ਇੰਨਾ ਸਿਕਿਓਰ ਹੋ ਜਾਂਦਾ ਨਾ ਕਿ PNP ਲੱਗੀ ਹੋਈ ਆ। ਇਹਨਾਂ ਨੂੰ ਐਕਚੁਅਲੀ ਜਿਹੜੇ ਹਸਬੰਡ ਹੈ ਨਾ ਜਿਹੜੇ ਇੰਡੀਆ ਤੋਂ ਆ ਰਹੇ, ਉਹਨਾਂ ਨੂੰ ਪਤਾ ਨਹੀਂ ਇਹ ਕੁੜੀਆਂ ਕਿਤੇ ਕਿੰਨਾ ਕੰਮ ਕਰਦੀਆਂ ਇੱਥੇ। ਨਹੀਂ ਇਹਨਾਂ ਨੂੰ ਪਤਾ। ਹਾਂਜੀ ਅੱਛਾ ਅੱਛਾ, ਮੇਰੀ ਮੇਰੀ ਉਹ ਸ਼ਕਲ ਆ ਰਹੀ ਹੈ, ਫੋਟੋ ਆ ਰਹੀ ਹੈ, ਮਤਲਬ ਕਿ ਉਹ ਹਾਂਜੀ 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 ਥੋੜੀ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਆ ਰਹੀ, ਮੇਰੇ ਕਹਿੰਦਾ ਆ ਰਹੀ ਹੈ ਥੋੜੀ ਫੋਟੋ ਜੀ। ਨਹੀਂ ਆ ਨਹੀਂ, ਦੇਖੋ ਇੰਡੀਆ ਦੀ ਟੈਕਨੋਲੋਜੀ ਹੈ ਵਧੀਆ, ਉੱਥੇ ਸਾਰਾ ਆ ਰਿਹਾ, ਇਧਰ ਕੈਨੇਡਾ ਵਾਲੇ ਨਹੀਂ ਦੇਖ ਸਕਦੇ। ਤੇ ਫਿਰ ਮੇਰੇ ਕੋਲ ਆਈਫੋਨ ਹੈ, ਇਹਨਾਂ ਕੋਲ ਛੋਟਾ ਫੋਨ ਹੈ ਜੀ। ਪੈਸੇ ਮੈਂ ਕੰਨ ਤੇ ਲਾਇਆ ਹਾਂਜੀ। ਮੈਂ ਤੇ ਆਈਫੋਨ ਅਫੋਰਡ ਵੀ ਨਹੀਂ ਕਰ ਸਕਦਾ ਯਾਰ, ਆਈਫੋਨ ਕਿੱਦਾਂ ਲੈ ਲਿਆ, ਕਿੰਨੇ ਦਾ ਹੁੰਦਾ ਆਈਫੋਨ ਅੱਜ ਕੱਲ੍ਹ? ਉਹ ਅਮਨ ਕੋਲ ਕਹਿੰਦਾ ਜੀ ਇਹਨੇ ਲੈਤਾ ਨਹੀਂ, ਮੈਨੂੰ ਦੇਤਾ ਜੀ। ਓਏ ਹੋਏ, ਅੱਛਾ ਦੇਖੋ ਕੰਮ ਕਰ ਰਹੀ ਹੈ ਕੈਨੇਡਾ, ਉਹਨਾਂ ਨੇ ਗਿਫਟ ਲੈ ਕੇ ਤੁਹਾਨੂੰ ਦਿੱਤਾ ਆਈਫੋਨ? ਇਹਨਾਂ ਵਾਸਤੇ ਲਿਆ ਸੀ ਜੀ, ਇਹਨਾਂ ਰੱਖਿਆ ਨਹੀਂ ਜੀ। ਅੱਛਾ ਹਾਂਜੀ, ਨਹੀਂ ਮੈਂ ਜਦੋਂ ਵਿਜ਼ਿਟ ਕੀਤੀ ਸੀ ਫਿਰ ਐਵੇਂ ਖਾਲੀ ਹੱਥ ਚੰਗਾ ਨਹੀਂ ਲੱਗਦਾ, ਫਿਰ ਮੈਂ ਉਦੋਂ ਦਿੱਤਾ ਸੀ। ਨਾ ਪਿਆਰ ਹਸਬੰਡ ਵਾਈਫ ਦਾ ਹੈ ਹੋਰ ਜੀ, ਐਗਾ ਪਰ ਮੈਂ ਵੈਸੇ ਨੂੰ ਪ੍ਰੂਫ ਕਰਨ ਲਈ ਪਤਾ ਨਹੀਂ ਕੀ ਕੀ ਕਰਨਾ ਪਏਗਾ। ਓ ਅੱਛਾ 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 ਅੱਛਾ, ਓ ਮਾਈ ਗੋਡ, ਕੋਈ ਐਵੇਂ ਨਹੀਂ ਮੰਨਦਾ ਨਾ। ਮੇਰੇ ਤਾਂ ਜਿਹੜੀ ਕਾਲ 'ਚ ਗੱਲ ਆਈ ਉਹ ਵੀ ਮਤਲਬ ਸਕਰੀਨ ਸਾਰਾ ਦਿਨ ਇਹਨਾਂ ਨਾਲੇ ਹੁੰਦੀ ਰਹਿੰਦੀ ਆ ਰਿਹਾ ਹੈ ਸਕਰੀਨ ਤੇ। ਮਨਪ੍ਰੀਤ ਦੇਖੋ ਕੁਝ ਨਜ਼ਰ ਆ ਰਿਹਾ ਹੈ ਸਕਰੀਨ? ਹਾਂਜੀ ਹਾਂਜੀ ਆ ਰਿਹਾ ਜੀ। ਕੀ ਕਹਿ ਰਿਹਾ ਹੈ ਸਕਰੀਨ ਤੇ? ਓ PPR ਆ ਗਈ ਜੀ, ਥੈਂਕ ਯੂ ਜੀ। ਹਾਂਜੀ ਸ਼ੁਕਰ ਹੈ ਜੀ, ਦਿਖ ਰਿਹਾ PPR ਆ ਗਈ, ਦੈਟ ਮੀਨਸ ਕਿ ਵੀਜ਼ਾ ਤੁਹਾਡਾ ਲੱਗ ਗਿਆ ਸਰ ਜੀ। ਥੈਂਕ ਯੂ ਵੀਜ਼ਾ ਆ ਗਿਆ, ਵੀਜ਼ਾ ਲੱਗ ਗਿਆ ਮਤਲਬ ਲੱਗ ਗਿਆ ਪਾਸਪੋਰਟ। ਥੈਂਕ ਯੂ ਜੀ, ਬਹੁਤ ਬਹੁਤ ਜ਼ਿਆਦਾ ਥੈਂਕ ਯੂ। ਹੁੰਦੇ ਦਿਖਾ ਦਿਓ ਆਪਣੀ ਸ਼ਕਲ ਜਰਾ ਕੁਛ। ਮੇਰੀ ਸ਼ਕਲ ਆ ਰਹੀ ਹੋਣੀ ਤੁਹਾਡੇ ਕੋਲੇ ਜੀ? ਸ਼ਕਲ ਤੇ ਨਹੀਂ ਆਈ ਮੇਰੀ, ਔਰ ਹੋਣ ਲੱਗ ਗਈ ਮੰਦੀ ਔਰ ਹੋ ਜੇ ਆ ਗਈ। ਅਮਨ ਤੁਹਾਡੇ ਸਾਰੇ ਤੁਹਾਡੀ ਮਿਹਨਤ ਸਫਲਾ ਹੋ ਗਈ ਹੈ, ਵੀਜ਼ਾ ਆ ਗਿਆ, ਪਾਸਪੋਰਟ ਰਿਕੁਐਸਟ ਆ ਗਈ ਹੈ, ਬਸ ਮਨਪ੍ਰੀਤ ਸਿੰਘ ਨੇ ਉਹਨਾਂ ਪਰ ਤਿਆਰੀ ਭਰ ਲੈਣੀ, ਉਹਨਾਂ ਨੇ ਬਸ ਆਪਣਾ ਪਾਸਪੋਰਟ ਜਮ੍ਹਾਂ ਕਰੋ ਤੇ ਵਿਦਿਨ 2-3 ਵੀਕਸ ਹੀ ਸ਼ੁੱਡ ਬੀ ਇਨ ਡੌਸਨ ਕ੍ਰੀਕ। ਥੈਂਕ ਯੂ। ਇਹ ਸਾਰੀ ਮਿਹਨਤ ਸੁਖਮੰਦੀ ਐਕਚੁਅਲੀ ਉਹਨਾਂ ਨੇ ਮੈਨੂੰ ਕਿਹਾ ADR ਆ ਗਈ, ਮੈਂ ਕਿਹਾ ਹਰ ਵਾਰੀ ADR ਦੇ ਦਿੰਦੇ, ਪਤਾ ਨਹੀਂ ਮੈਂ ਕਿਹਾ ਕੀ ਐਕਸਪਲੇਨ ਕਰੀ ਚੱਲੀ ਅਸੀਂ, ਮੈਂ ਕਿਹਾ ਹੁਣ ਕੀ ਕਰੀਏ। ਨਹੀਂ ਦੇਖੋ ਕੰਮ ਤੇ ਔਖਾ ਹੈ ਦੇਖੋ, ਦਿਸ ਇਜ਼ ਅ ਕੰਪਲੈਕਸ ਐਪਲੀਕੇਸ਼ਨ। ਮੈਂ ਤੇ ਐਕਚੁਅਲੀ ਪਹਿਲਾਂ ਮੈਂ ਤੇ ਐਪਲੀਕੇਸ਼ਨ ਲੈਣ ਤੋਂ ਪਹਿਲਾਂ ਮਨਾ ਕਰਤਾ ਸੀ ਉਹਨਾਂ ਨੇ, ਫਿਰ ਮੈਨੂੰ ਰਿਕੁਐਸਟ ਕੀਤੀ ਕਿ ਕਰੋ, ਫਿਰ ਮੈਂ ਕਿਹਾ ਚਲੋ ਕਰਦੇ ਹਾਂ ਕੋਈ ਗੱਲ ਨਹੀਂ। ਤੇ ਆਈ ਵਾਜ ਮੈਂਟਲੀ ਪ੍ਰਿਪੇਅਰਡ ਕਿ ਵੀ ਐਪਲੀਕੇਸ਼ਨ ਇੱਕ ਵਾਰ ਸਾਡੇ ਤੋਂ ਵੀ ਰਿਫਿਊਜ਼ ਹੋ ਜਾਏਗੀ ਤਾਂ ਆਪਾਂ 2 ਵਾਰ ਕਰਾਂਗੇ ਸੈਕਿੰਡ। ਹਾਂਜੀ ਮਤਲਬ ਸਾਨੂੰ ਵੀ ਮਤਲਬ ਇਹ ਸੀ ਵੀ ਥੋੜ੍ਹਾ ਹੈਗਾ, ਥੋੜ੍ਹਾ ਕਮੀ ਹੈਗੀ ਹੈ ਤਾਂ ਕੋਈ ਗੱਲ ਨਹੀਂ, ਅਗਰ ਹੁੰਦੀ ਹੈ ਤਾਂ ਵੀ ਵਿਜ਼ਿਟ ਕਰ ਲਵਾਂਗੇ। ਤੁਹਾਡੀਆਂ ਵੀਡੀਓ ਦੇਖਦੇ ਸੀ ਤੇ ਇੱਕ ਮੈਨੂੰ ਕਿਸੇ ਨੇ ਸੁਜੈਸਟ ਵੀ ਕੀਤਾ ਸੀ ਵੀ ਉਹ ਤੁਹਾਡਾ ਕੇਸ ਕਢਵਾ ਦੇਣਗੇ, ਕਿਉਂਕਿ ਵੀ ਉਹ ਬੈਨ ਤੱਕ ਦੇ ਕੇਸਾਂ ਨੂੰ ਵੀ ਕਢਵਾ ਦਿੰਦੇ ਨੇ, ਮਤਲਬ ਟਰਸਟ ਤਾਂ ਬਹੁਤ ਸੀ ਵੀ ਚੱਲ ਹੁਣ ਨਹੀਂ ਅਗਲੀ ਵਾਰ ਤਾਂ ਪੱਕਾ ਹੀ ਨਿਕਲ ਜੂਗਾ ਵੀ ਜਦੋਂ ਤੁਸੀਂ ਵਿਜ਼ਿਟ ਕੀਤਾ ਸੀਗਾ। ਸੋ ਹਾਂ, ਸਾਡੇ ਕੋਲ ਕੇਸਿਸ ਕੰਪਲੈਕਸ ਹੀ ਪਹੁੰਚਦੇ ਆ ਐਕਚੁਅਲੀ, ਜਿਹੜਾ ਸਿੰਪਲ ਕੇਸ ਹੈ ਉਹ ਆਉਂਦਾ ਹੀ ਨਹੀਂ, ਉਹ ਕਹਿੰਦੇ ਕਿ ਚਲੋ ਆਪਣੇ ਆਪ ਕਰ ਲਓ, ਲੇਕਿਨ ਜਦ ਤੱਕ 2-3 ਵਾਰ ਰਿਫਿਊਜ਼ ਨਾ ਹੋ ਕਿਸੇ ਨੂੰ, ਮਤਲਬ ਕਿ ਲੱਗਦਾ ਨਹੀਂ ਕਿ ਵੀ ਚਾਹੀਏ। ਅਰੇ ਬਾਈ, ਈਵਨ ਦੋ ਵੀ ਚਾਰਜ ਅ ਲੋਟ, ਪਰ ਅਸੀਂ ਕੰਪਲੈਕਸ ਕੇਸ ਹੀ ਕਰਦੇ ਹਾਂ, ਅਸੀਂ ਨੋਰਮਲ ਕੇਸ ਨੂੰ ਮੈਂ ਮਤਲਬ ਮੈਂ ਨਹੀਂ ਪਸੰਦ ਕਰਦਾ ਕਰਨਾ। ਬਾਕੀ ਸਾਰੇ ਦੀ ਮਿਹਨਤ ਬਹੁਤ ਹੈ, ਸੁਖਮੰਦ ਦੀ ਬਹੁਤ ਮਿਹਨਤ ਹੈ ਸਾਰਾ ਉਹਨੂੰ ਉਹਦੇ ਵਿੱਚ ਜਿਹੜਾ ਨਾ ਕਿ ਲਿਖਣਾ, ਕਿਵੇਂ ਸਮਝਾਉਣਾ ਸਾਰਾ,
ਤੇ ਉਹੀ ਕਰਦਾ ਹੁੰਦਾ ਹੈ ਮੇਰਾ ਤੇ ਕੰਮ ਬਸ ਉਹਨੂੰ ਸਬਮਿਟ ਕਰਨਾ ਹੁੰਦਾ ਬਸ ਜ਼ਿਆਦਾ ਨਹੀਂ ਤੇ ਆਲ ਕ੍ਰੈਡਿਟ ਗੋਸ ਟੂ ਯੂ ਐਂਡ ਟੂ ਦੈਮ ਐਂਡ ਕਿਸਮਤ ਦੇ ਫੇਰ ਹੈ ਸਾਰੇ ਜਦ ਰਿਫਿਊਜ਼ ਹੋਣਾ ਹੁਣ ਜਦ ਰਿਫਿਊਜ਼ ਹੋਣਾ ਹੈ ਤੇ ਰਿਫਿਊਜ਼ ਹੀ ਹੈ ਜਦ ਦਾਣਾ ਪਾਣੀ ਸ਼ੁਰੂ ਹੋ ਗਿਆ ਦਾਣਾ ਪਾਣੀ ਕੈਨੇਡਾ ਦਾ ਤਾਂ ਫਿਰ ਵੀਜ਼ਾ ਲੱਗਣ ਤੋਂ ਕੋਈ ਰੋਕ ਵੀ ਨਹੀਂ ਸਕਦਾ ਸੋ ਬਸ ਮੇਰੇ ਖਿਆਲ ਹੈ ਕਿ ਗਰਮੀ ਸ਼ੁਰੂ ਹੋ ਗਈ ਉੱਥੇ ਇੰਡੀਆ ਤੁਸੀਂ ਹੁਣ ਆ ਜਾਓ ਵਧੀਆ ਮੌਸਮ ਜੀ ਜ਼ਿਆਦਾ ਗਰਮੀ ਹੋ ਰਹੀ ਹੈ ਜੀ ਕਰ ਦੋ ਜੀ ਮੈਂ ਜਲਾਉਣ ਦੇ ਕਿਉਂ ਦਿਲ ਜਾ ਦੇਵਾਂਗਾ ਜੀ ਮੇ 9th ਐਂਡ ਦੇਖੋ ਕਿੰਨੀ ਉਹਦੀ ਸ਼ਕਲ ਦੇਖੋ ਮੰਤਰੀ ਕਿੰਨੀ ਜਰਾ ਕਿੰਨੀ ਖਿਲ ਗਈ ਓ ਮਾਈ ਗੋਡ ਬਹੁਤ ਟਾਈਮ ਹੋ ਗਿਆ ਜੀ ਇਹ ਹਾਸੀ ਦੁੱਖ ਦੀ ਹਾਸੀ ਹੈ ਜਾਂ ਖੁਸ਼ੀ ਦੀ ਹਾਸੀ ਹੈ ਖੁਸ਼ੀ ਦੀ ਬਾਕੀ ਚਲੋ ਮੇਰੇ ਲਈ ਕੁਝ ਅਗਰ ਕੋਈ ਹੈ ਕੋਈ ਸਵਾਲ ਅਗਰ ਹੈ ਤੇ ਪੁੱਛ ਸਕਦੇ ਹੋ ਬਾਕੀ ਵੀ ਆਰ ਗੁੱਡ ਐਂਡ ਮੈਂ ਸੁਣਦਾ ਸਾਰੇ ਤਿਆਰੀ ਕਰੋ ਤੁਸੀਂ ਤਾਂ ਉਹ ਉੱਥੇ ਜਿਮਨੇਜ਼ੀਅਮ ਰਨ ਕਰਦੇ ਨਾ ਤੁਸੀਂ ਲਾ ਰਹੇ ਕੁਝ ਐਕਸਰਸਾਈਜ਼ ਅਗਰ ਕਰਦੇ ਹੋ ਕੀ ਕਰਦੇ ਕਿਵੇਂ ਤਿਆਰੀ ਫੜੀ ਤੁਸੀਂ ਇੱਥੇ ਐਕਚੁਅਲੀ ਤੁਹਾਡੇ ਲਈ ਨਾ ਜੌਬ ਬਹੁਤ ਵਧੀਆ ਹੈ ਮੈਂ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਵੀ ਖੇਲ ਚੁੱਕਿਆ ਜੀ ਦੋ ਤਿੰਨ ਮਤਲਬ ਵੇਟ ਗੇਨ ਵੇਟ ਲਾਸ ਮਤਲਬ ਉਹ ਹੈ ਮਤਲਬ ਹੈਲਥ ਵਗੈਰਾ ਦੇ ਕੋਈ ਇਸ਼ੂ ਹੁੰਦੇ ਨੇ ਉਹ ਤੇ ਕਰਦੇ ਆ ਜੀ ਸਾਰਾ ਕੁਝ ਵਧੀਆ ਚੱਲ ਰਿਹਾ ਜੀ ਕੰਮ ਹੁਣ ਤਾਂ ਜੀ ਤੁਹਾਨੂੰ ਤੇ ਇਹਨਾਂ ਨੇ ਹੱਥ ਲੈ ਲੈਣਾ ਇੱਥੇ ਬਹੁਤ ਸਾਰੇ ਜਿਮਨੇਜ਼ੀਅਮ ਇੱਥੇ ਵੱਡੇ ਵੱਡੇ ਸ਼ਹਿਰਾਂ 'ਚ ਵੈਨਕੂਵਰ ਸ਼ਿਨਗੁਰ ਬਹੁਤ ਵੱਡੇ ਜਿਮਨੇਜ਼ੀਅਮ ਤੁਹਾਨੂੰ ਤੇ ਇੱਥੇ ਉਹਨਾਂ ਨੇ ਲਾ ਦੇਣਾ ਮੈਨੇਜਰ ਨਾ ਮਤਲਬ ਵਧੀਆ ਨੌਲੇਜ ਹੈ ਜੀ ਸਟੀਰੋਇਡ ਵਗੈਰਾ ਦੀ ਪ੍ਰੋਟੀਨ ਸਪਲੀਮੈਂਟ ਦੀ ਵੀ ਨੌਲੇਜ ਹੈ ਸਵਾਈ ਲਈ ਆਈ ਚਲੋ ਕੋਈ ਨਹੀਂ ਕਰ ਲਈ ਇੱਥੇ ਛੋਟਾ ਸ਼ਹਿਰ ਹੈ ਮੈਂ ਤਾਂ ਆ ਕੇ ਦਿਹਾੜੀ ਵੀ ਕਰ ਲੂੰਗਾ ਜੀ ਕੋਈ ਪ੍ਰੋਬਲਮ ਨਹੀਂ ਬਸ ਆਪਦਾ ਇਹਨੇ ਬਹੁਤ ਮਿਹਨਤ ਕਰ ਲਈ ਹੁਣ ਮੈਂ ਕਰੂੰਗਾ ਜੀ ਹੁਣ ਮੇਰਾ ਟਾਈਮ ਹੈ ਇਹ ਪੜ ਲੂਗੀ ਅੱਗੇ ਅੱਛਾ ਮੈਨੂੰ ਆਖਰੀ ਇੱਕ ਐਡਵਾਈਸ ਮੈਨੂੰ ਆਖਰੀ ਇੱਕ ਕੰਸਲਟੇਸ਼ਨ ਦੇ ਦੋਗੇ ਪ੍ਰੋਟੀਨ ਪਾਊਡਰ ਸਾਨੂੰ ਲੈਣਾ ਚਾਹੀਦਾ ਕਿ ਨਹੀਂ ਲੱਗਦਾ ਉਹਦੇ ਵਿੱਚ ਕੋਈ ਸਿੰਥੈਟਿਕ ਹੁੰਦਾ ਕੈਮੀਕਲ ਨਹੀਂ ਉਹ ਨੈਚੁਰਲ ਹੀ ਹੁੰਦਾ ਜੀ ਅੱਛਾ ਇਹ ਲੋਕਾਂ ਦੇ ਮਤਲਬ ਨੈਚੁਰਲ ਹੁੰਦਾ ਵੈਸੇ ਪ੍ਰੋਟੀਨ ਆ ਮਤਲਬ ਜੇ ਆਪਣੀ ਬਾਡੀ ਨੂੰ ਜਿੰਨੀ ਕਿ ਆਪਣੀ ਜਿੰਨੀ ਬਾਡੀ ਹੁੰਦੀ ਆ ਉਹ ਡਬਲ ਪ੍ਰੋਟੀਨ ਚਾਹੀਦਾ ਹੁੰਦਾ ਆਪਾਂ ਨੂੰ ਹੋਰ ਕੋਈ ਪ੍ਰੋਟੀਨ ਦਾ ਡਾਈਸ਼ੂ ਨਹੀਂ ਬਾਕੀ ਚਲੋ ਮੇਰੇ ਦੀ ਆਪਦੀ ਆਪਦੀ ਥਿੰਕਿੰਗ ਹੈ ਜੀ ਚਲੋ ਜੇਗਾ ਸਮਾਨ ਚ ਹੋ ਜਗੁੰਜਾਇਸ਼ ਦੇ ਕੱਦ ਕੋਈ ਨੈਚੁਰਲ ਪਾਊਡਰ ਹਟ ਚਾਉਟ ਕਰ ਲਿਆ ਦੇਖ ਮੈਂ ਵੀ ਦੇਖਾਂਗਾ ਕਿਹੜਾ ਪਾਊਡਰ ਤੁਸੀਂ ਕੋਈ ਬਾਡੀ ਛੋਟੀ ਬਣਾਈ ਠੀਕ ਹੈ ਜੀ ਜ਼ਰੂਰ ਜੀ ਐਨੀਵੇ ਥੈਂਕ ਯੂ ਵੈਰੀ ਮਚ ਆਲ ਟਾਕ ਟੂ ਯੂ ਲੇਟਰ ਹੈ ਸੁਖਮਨ ਵਿਲ ਬੀ ਇਨ ਟੱਚ ਠੀਕ ਹੈ ਜੀ ਓਕੇ ਜੀ ਆਮ ਗੋਇੰਗ ਟੂ ਗੋ